ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਕੱਲ ਮੈਂ ਸਾਇੰਸ ਦੇ ਰਿਗਾਰਡਿੰਗ ਇੰਪੋਰਟੈਂਟ ਕੁਐਸਚਨਾਂ ਦੀ ਇੱਕ ਕਲਾਸ ਕਵਰ ਕਰਵਾਏ ਸੀ ਜਿਸ ਵਿੱਚ ਮੈਂ ਕਿਹਾ ਸੀ ਕਿ ਜੇ ਮੇਰੀ ਵੀਡੀਓ ਤੇ 25 ਕਮੈਂਟ ਤੇ 50 ਲਾਈਕ ਆਉਂਦੇ ਨੇ ਹਨਾ ਤਾਂ ਮੈਂ ਇਸ ਦੇ ਰਿਗਾਰਡਿੰਗ ਸੈਕੰਡ ਕਲਾਸ ਵੀ ਤੁਹਾਨੂੰ ਪ੍ਰੋਵਾਈਡ ਕਰਵਾਵਾਂਗਾ ਤੇ ਕਾਫੀ ਕੈਂਡੀਡੇਟ ਨੇ ਚੰਗੇ-ਚੰਗੇ ਕਮੈਂਟ ਕੀਤੇ ਆ ਤਾਂ ਉਹਨਾਂ ਦੇ ਲਈ ਸਪੈਸ਼ਲੀ ਉਹਨਾਂ ਦੇ ਲਈ ਜਿੰਨਾ ਵੀ ਕੈਂਡੀਡੇਟ ਨੇ ਕਮੈਂਟ ਕੀਤਾ ਉਹਨਾਂ ਦੇ ਵਾਸਤੇ ਸੈਕੰਡ ਇੰਪੋਰਟੈਂਟ ਕੁਐਸਚਨਾਂ ਦੀ ਕਲਾਸ ਤੁਹਾਡੇ ਸਾਹਮਣੇ ਆ ਓਕੇ ਦੋਸਤੋ ਤੇ ਇਸ ਦਾ ਨੈਕਸਟ ਪਾਰਟ ਮੈਂ ਸੋਚ ਰਿਹਾ ਕਿ ਮੈਰਾਥਨ ਕਲਾਸ ਮਤਲਬ ਜਿਸ ਵਿੱਚ 50 55 ਟਾਪ ਇੰਪੋਰਟੈਂਟ ਕੁਐਸਚਨ ਇਨਕਲੂਡ ਹੋਣ ਉਹ ਕਰਵਾਵਾਂ ਹੁਣ ਤੁਹਾਡੇ ਤੇ ਡਿਪੈਂਡ ਹੈ ਕਮੈਂਟ ਕਰੋਗੇ ਜੇ ਲਾਈਕ ਕਰੋਗੇ ਤਾਂ ਹੀ ਮੇਰਾ ਵੀ ਮਨ ਕਰੇਗਾ ਹੈਨਾ ਕਿ ਮੈਂ ਦਵਾ ਦਬ ਕਲਾਸਸ ਤੁਹਾਨੂੰ ਪ੍ਰੋਵਾਈਡ ਕਰਵਾਵਾਂ ਤਾਂ ਕਮੈਂਟ ਜਰੂਰ ਕਰਿਓ ਤੇ ਦੱਸਿਓ ਕਿ ਨੈਕਸਟ ਕਲਾਸ ਤੁਹਾਨੂੰ ਚਾਹੀਦੀ ਹੈ ਜਾਂ ਨਹੀਂ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਜਿਹੜੇ ਵੀ ਕੈਂਡੀਡੇਟਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸਪੋਰਟ ਕਰੋ ਚੈਨਲ ਨੂੰ ਤੇ ਹੁਣ ਆਪਾਂ ਟਾਈਮ ਆਲਰੇਡੀ ਕਾਫੀ ਵੇਸਟ ਕਰ ਦਿੱਤਾ ਹੁਣ ਆਪਾਂ ਕੁਐਸਚਨ ਨੰਬਰ 1 ਸਟਾਰਟ ਕਰ ਲੈਂਦੇ ਆ ਓਕੇ ਤਾਂ ਕੁਐਸਚਨ ਨੰਬਰ 1 ਦੀ ਗੱਲ ਕਰੀਏ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਹਾਲਿਆਂ ਵਿੱਚ ਕਿਹੜੀ ਬਿਮਾਰੀ ਲਈ ਇੱਕ ਘੱਟ ਲਾਗਤ ਵਾਲੀ ਵੈਕਸੀਨ ਵਿਕਸਿਤ ਕੀਤੀ ਹੈ ਇਹਨੇ ਕੀਤੀ ਹੈ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਠੀਕ ਹੈ ਇਹ ਹੀ ਬੈਟਰਰੀ ਮਤਲਬ ਕੀ ਹੁੰਦੀ ਹੈ ਪਸ਼ੂਆਂ ਵਾਸਤੇ ਹੁੰਦੀ ਹੈ ਇਹ ਜਿਹੜੀ ਇੱਕ ਸੰਸਥਾ ਹੁੰਦੀ ਹੈ ਜਿਸ ਵਿੱਚ ਪਸ਼ੂਆਂ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਉਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਸਵਾਇਨ ਫਲੂ ਜਾਨਵਰਾਂ ਵਿੱਚ ਜਿਹੜਾ ਆਇਆ ਸੀ ਇਸ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਸਵਾਇਨ ਫਲੂ ਵਾਸਤੇ ਇੱਕ ਵੈਕਸੀਨ ਜਾਰੀ ਕੀਤੀ ਹੈ ਜੋ ਘੱਟ ਲਾਗਤ ਵਿੱਚ ਇਹਨਾਂ ਨੇ ਡਿਸਕਵਰ ਕੀਤੀ ਜਾ ਓਕੇ ਤੇ ਇਸ ਵੀਡੀਓ ਵਿੱਚ ਆਪਾਂ ਥਿਊਰੀ ਨਹੀਂ ਕਰਾਂਗੇ ਕਿਉਂਕਿ ਕੱਲ ਵਾਲੀ ਵੀਡੀਓ ਵਿੱਚ ਥੋੜੀ ਜਿਹੀ ਥਿਊਰੀ ਜ਼ਿਆਦਾ ਹੋ ਗਈ ਸੀ ਮੈਨੂੰ ਪਤਾ ਬੋਰ ਹੋ ਜਾਂਦਾ ਕੈਂਡੀਡੇਟ ਜੋ ਵੀ ਬੱਚਾ ਪੜ ਰਿਹਾ ਬੋਰ ਹੋ ਜਾਂਦਾ ਥਿ ਦਨ ਆਮਸ ਨੂੰ ਇਸ ਕਰਕੇ ਡਾਇਰੈਕਟ ਆਪਾਂ ਐਮ ਐਸ ਕਿਊ ਕਵਰ ਕਰਾਂਗੇ। ਇਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ, ਗਲੋਬਲ ਕੋਡ ਹੋਸਟਿੰਗ ਪਲੈਟਫਾਰਮ ਗਿਟ ਹਬ। ਠੀਕ ਹੈ ਗਿਟ ਹਬ। ਜਿਸਨੇ ਹਾਲ ਹੀ ਵਿੱਚ ਭਾਰਤ ਵਿੱਚ ਆਪਣੇ ਸੰਚਾਲਨ ਦੀ ਸ਼ੁਰੂਆਤ ਕੀਤੀ ਹੈ। ਕਿਸ ਤਕਨੀਕੀ ਕੰਪਨੀ ਦੀ ਮਲਕੀਅਤ ਹੈ? ਜਿਹੜੀ ਇਹ ਗਲੋਬਲ ਕੋਡਿੰਗ ਹੋਸਟਿੰਗ ਪਲੈਟਫਾਰਮ ਹੈ ਇਹ ਕਿਸ ਕੰਪਨੀ ਦੀ ਹੈ? ਇਸ ਕੰਪਨੀ ਦਾ ਕੌਣ ਓਨਰ ਹੈ? ਮਤਲਬ ਕਿ ਕਿਸ ਦੇ ਥਰੂ ਇਹ ਲਾਂਚ ਕੀਤਾ ਗਿਆ? ਕਿਹੜੀ ਕੰਪਨੀ ਦੇ ਥਰੂ? ਤਾਂ ਆਪਸ਼ਨ ਨੰਬਰ B Microsoft ਕੰਪਨੀ ਥਰੂ ਇਹ ਲਾਂਚ ਕੀਤਾ ਗਿਆ ਇਸ ਤੋਂ ਬਾਅਦ ਕੁਐਸਚਨ ਨੰਬਰ 3 ਦੀ ਗੱਲ ਕਰੀਏ ਕਾਫੀ ਐਗਜ਼ਾਮ ਕਾਫੀ ਨਿਊਜ਼ ਵਿੱਚ ਦੋਸਤੋ ਇਹ ਪਰਚਲਿਤ ਰਹੀ ਹੈ ਤਾਂ ਗਾ ਦੇ ਕਰੰਟ ਅਫੇਅਰ ਵਿੱਚ ਆਉਣ ਦੇ ਵੀ ਚਾਂਸ ਨੇ ਤੇ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਵੀ ਓਕੇ ਤੇ ਇਹ ਚੀਜ਼ ਯਾਦ ਰੱਖੋ Ask Disha is an online chatbot which is Indian organization ਮਤਲਬ ਕਿ Ask Disha ਇੱਕ online portal ਲਾਂਚ ਕੀਤਾ ਗਿਆ ਜਿਸ ਵਿੱਚ ਚੈਟਬੋਟ चैट कर सकते हैं तक इंडियन किसी ऑर्गेनाइजेशन ने किया कि ऑप्शन नंबर ए इज़ द राइट आंसर है आई आर सी टी सी इंडियन रेलवे कैटरिंग एंड टूरिज्म कारपोरेशन ठीक है जी अपने इंडियन रेलवे की ऐप है आई आर सीटी उन्होंने ही लॉन्च की है, है आसक दिशा ओके याद रखियो चीज़ भी इस तो बाद क्वेश्चन नंबर फोर की गल करिए नोवल करोना वायरस कोविड नाइनटीन की पहचान एंटीबॉडी टैसट विकसित ਕਰਨ ਬੜਾ ਪਹਿਲਾ ਦੇਸ਼ ਕਿਹੜਾ ਹੈ ਕਿਹੜਾ ਦੇਸ਼ ਬਣਾ ਜਿਹੜਾ ਕਿ ਐਂਟੀਬਾਡੀ ਟੈਸਟ ਕੋਰੋਨਾ ਵਾਇਰਸ ਦਾ ਟੈਸਟ ਕਰਦੀ ਹੈ ਤਾਂ ਉਹ ਹੈ ਆਪਸ਼ਨ ਨੰਬਰ ਸੀ ਸਿੰਗਾਪੁਰ ਠੀਕ ਹੈ ਇਸ ਦਾ ਰਾਈਟ ਆਨਸਰ ਹੋ ਜਾ ਆਪਸ਼ਨ ਨੰਬਰ ਸੀ ਸਿੰਗਾਪੁਰ ਇਸ ਦਾ ਰਾਈਟ ਆਨਸਰ ਹੈ ਤੇ ਇਸ ਤੋਂ ਬਾਅਦ ਕੁਐਸਚਨ ਨੰਬਰ 5 ਦੀ ਗੱਲ ਕਰੀਏ ਪ੍ਰਗਤੀ ਭਾਰਤ ਵਿੱਚ ਕਿਹੜੀ ਟੈਕਨੋਲੋਜੀ ਕੰਪਨੀ ਦੀ కార్ਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਯਾਨੀ ਸੀਐਸਆਰ ਪਹਿਲਾ ਪ੍ਰਗਤੀ ਯਾਦ ਰੱਖੋ ਜਿੱਥੇ ਵੀ ਤੁਹਾਨੂੰ ਪ੍ਰਗਤੀ ਵਰਡ ਦੇਖਣ ਨੂੰ ਮਿਲਦਾ ਹੈ ਤਾਂ ਆਪਾਂ ਇਸ ਇਸ ਸਮੋਂ ਪਾ ਕੀ ਦੇ ਨਾਲ ਰਿਲੇਟ ਕਰਨਾ ਯਾਦ ਰੱਖੋ ਫੇਸਬੁਕ ਕਿਉਂਕਿ ਪ੍ਰਗਤੀ ਨੇ ਪ੍ਰਗਤੀ ਜਿਹੜੀ ਮੁਹਿੰਮ ਚਲਾਈ ਹੈ ਭਾਰਤ ਨੇ ਉਹ ਉਸ ਨੂੰ ਅੱਗੇ ਵਧਾਉਣ ਲਈ ਫੇਸਬੁਕ ਹੈਲਪ ਕਰ ਰਿਹਾ ਠੀਕ ਹੈ ਇਹ ਚੀਜ਼ ਯਾਦ ਰੱਖਿਓ ਇਗਜ਼ਾਮ ਦੇ ਪੁਆਇੰਟ ਆਫ 뷰 ਨਾਲ ਕਾਫੀ ਇੰਪੋਰਟੈਂਟ ਹੈ ਤੇ ਸਬ ਇੰਸਪੈਕਟਰ ਦੇ ਇਗਜ਼ਾਮ ਵਿੱਚ ਇਹ ਕੁਐਸਚਨ ਰਿਪੀਟ ਵੀ ਹੋ ਚੁੱਕਿਆ ਹੈ ਕੁਐਸਚਨ ਨੰਬਰ 6 ਦੀ ਗੱਲ ਕਰੀਏ ਹਿਮੋਸਟੇਟ ਜੋ ਕਿ ਹਾਲਾ ਵਿੱਚ ਸੁਰਖੀਆਂ ਵਿੱਚ ਸੀ న్యూਸ ਵਿੱਚ ਸੀ ਹਿਮੋਸਟੇਟ ਤੇ ਇੱਕ ਅਜਿਹੀ ਸਮਗਰੀ ਹੈ ਜੋ ਹਾਦਸਿਆਂ ਦੇ ਦੌਰਾਨ ਤੇਜ਼ੀ ਨਾਲ ਖੂਨ ਦੀ ਕਮੀ ਨੂੰ ਰੋਕਣ ਲਈ ਵਿਕਸਿਤ ਕੀਤੀ ਗਈ ਹੈ ਇਹ ਕਿਹੜੇ ਹਿੱਸੇ ਦਾ ਬਣਿਆ ਹੁੰਦਾ ਹੈ ਜਿਹੜਾ ਹਿਮੋਸਟੇਟ ਹੈ ਹਿਮੋਸਟੇਟ ਦਾ ਕੰਮ ਕੀ ਹੈ ਜੇ ਐਕਸੀਡੈਂਟ ਹੋ ਜੇ ਤਾਂ ਖੂਨ ਖੂਨ ਵਗਣ ਲੱਗ ਜਾਂਦਾ ਹੈ ਉਸ ਖੂਨ ਵਗਣ ਨੂੰ ਰੋਕਣ ਲਈ ਹਿਮੋਸਟੇਟ ਦੀ ਖੋਜ ਕੀਤੀ ਗਈ ਹੈ ਠੀਕ ਹੈ ਉਹ ਹਿਮੋਸਟੇਟ ਜਿਹੜਾ ਕਿਸ ਚੀਜ਼ ਦਾ ਬਣਿਆ ਹੈ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ स्टार्च ਦਾ ਬਣਿਆ ਹੁੰਦਾ ਠੀਕ ਹੈ ਕੁਐਸਚਨ ਨੰਬਰ 7 ਦੀ ਗੱਲ ਕਰੀਏ ਕਿਹੜੇ ਸੋਸ਼ਲ ਮੀਡੀਆ ਪਲੈਟਫਾਰਮ ਨੇ WHO UNICEF ਤੇ UNDP ਦੀ ਪਾਈਵਾਂ ਨਾਲ ਕੋਰੋਨਾ ਵਾਇਰਸ ਇਨਫੋਰਮੇਸ਼ਨ ਹੱਬ ਦੀ ਸ਼ੁਰੂਆਤ ਕੀਤੀ ਹੈ ਕਿਹੜੇ ਨੇ ਕੀਤੀ ਹੈ অপਸ਼ਨ ਨੰਬਰ B ਇਸ ザ राइट ਆਨਸਰ ਹੈ WhatsApp ਨੇ ਕੀਤੀ ਹੈ ਤੁਸੀਂ ਵੀ ਇਹ ਦੇਖਿਆ ਹੋਵਗਾ WhatsApp ਤੇ ਮੈਸੇਜ ਆਉਂਦਾ ਰਹਿੰਦਾ ਹੈ ਕਿ ਕੋਰੋਨਾ ਵਾਇਰਸ ਬਸ ਰੋਕथाम ਕਰੋ ਇੱਕ ਹੋਰ ਉਹ ਯੂਜ਼ ਕਰੋ ਮਾਸਕ ਯੂਜ਼ ਕਰੋ ਸੈਨੇਟਾਈਜ਼ਰ ਯੂਜ਼ ਕਰੋ ਹਨ ਮੈਸੇਜ ਜੇ ਆਉਂਦੇ ਰਹਿੰਦੇ ਨੇ ਕਈ ਵਾਰ ਇਸ ਤੋਂ ਇਲਾਵਾ ਕੁਐਸਚਨ ਨੰਬਰ 8 ਦੀ ਗੱਲ ਕਰੀਏ ਕਰਮੀ ਬੋਟ ਜੋ ਕਿ ਹਾਲਾਂ ਵਿੱਚ ਖਬਰਾਂ ਵਿੱਚ ਦੇਖਿਆ ਗਿਆ ਸੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਕਰਮੀ ਬੋਟ ਹੈ ਜੋ ਹਾਲ ਹੀ ਖਬਰਾਂ ਵਿੱਚ ਦੇਖਿਆ ਗਿਆ ਸੀ ਕਿ ਇੱਕ ਰੋਬਟ ਕਿਹੜੇ ਰਾਜ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਹੈ ਇਹ ਕਿਹੜੇ ਸਟੇਟ ਦੇ ਸਰਕਾਰੀ ਹਸਪਤਾਲ ਹਸਪਤਾਲ ਵਿੱਚ ਤਾਇਨਾਤ ਕੀਤਾ ਗਿਆ ਤਾਂ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੈ ਕੇਰਲ ਕੇਰਲ ਇਜ਼ ਦਾ ਰਾਈਟ ਆਨਸਰ ਕੇਰਲ ਦੇ ਸਰਕਾਰੀ ਹਸਪਤਾਲ ਵਿੱਚ ਕਰਮੀ ਬੋਟ ਜੋ ਕਿ ਇੱਕ ਰੋਬਟ ਹੈ ਇਹ ਤਾਇਨਾਤ ਕੀਤਾ ਗਿਆ ਕਵੈਸਚਨ ਨੰਬਰ 9 ਦੀ ਗੱਲ ਕਰੀਏ ਕੈਚ ਅਪ ਐਪਲੀਕੇਸ਼ਨ ਜੋ ਕੀ ਖਬਰਾਂ ਵਿੱਚ ਵੇਖੀ ਗਈ ਸੀ ਨੂੰ ਕਿਸ ਵੱਡੀ ਟੈਕਨੋਲੋਜੀ ਕੰਪਨੀ ਦੁਆਰਾ ਲਾਂਚ ਕੀਤਾ ਹੈ ਕੈਚ ਅਪ ਯਾਦ ਰੱਖਿਆ ਤੁਸੀਂ ਕੈਚ ਅਪ ਐਪਲੀਕੇਸ਼ਨ ਕਿਹਨੇ ਲਾਂਚ ਕੀਤੀ ਸੀ ਇਹ ਫੇਸਬੁੱਕ ਦੁਆਰਾ ਲਾਂਚ ਕੀਤੀ ਗਈ ਸੀ ਕਵੈਸਚਨ ਨੰਬਰ 10 ਦੀ ਗੱਲ ਕਰੀਏ ਕਿਹੜੀ ਟੈਕਨੋਲੋਜੀ ਕੰਪਨੀ ਨੇ ਵਿਸ਼ਵ ਭਰ ਵਿੱਚ 25 ਮਿਲੀਅਨ ਲੋਕਾਂ ਨੂੰ ਸਿਕਲਾਈ ਦੇਣ ਲਈ ਇੱਕ ਨਵੇਂ ਗਲੋਬਲ ਹੁਨਰ ਪਹਿਲ ਦੇ ਕਦਮ ਦੀ ਘੋਸ਼ਣਾ ਕੀਤੀ ਹੈ ਕਿਹੜੀ ਟੈਕਨੋਲੋਜੀ ਕੰਪਨੀ ਨੇ ਕਿਹੜੀ ਟੈਕਨੋਲੋਜੀ ਕੰਪਨੀ ਨੇ ਕੀਤੀ ਹੈ ਇਹ অপਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਹੈ ਮਾਈਕਰੋਸਾਫਟ ਨੇ ਕੀਤੀ ਹੈ ওকে ਕੁਐਸਚਨ ਨੰਬਰ 11 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਸ ਨੂੰ ਵਰਨਿਅਰ ਕੈਲੀਪਰ ਦੀ ਵਰਤੋਂ ਕਰਕੇ ਮਾਪਿਆ ਜਾਂਦਾ ਹੈ ਇਹ ਚਾਪਸ਼ਨ ਦਿੱਤੇ ਨੇ ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਕਿ ਵਰਨਿਅਰ ਕੈਲੀਪਰ ਦੀ ਮਦਦ ਨਾਲ ਮਾਪੀ ਜਾ ਸਕਦੀ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ ਨੰਬਰ A ਮਾਪ ওকে ਕਵੈਸਚਨ ਨੰਬਰ 12 ਦੀ ਗੱਲ ਕਰੀਏ ਇੱਕ ਪੈਂਡੂਲਮ ਘੜੀ ਜਿਸ ਦਾ ਪੈਂਡੂਲਮ ਸਟੀਲ ਦੀ ਰਾਡ ਨਾਲ ਬਣਿਆ ਹੁੰਦਾ ਹੈ ਹੋਲੀ ਹੋ ਜਾਵੇਗੀ ਜੇਕਰ ਤਿੰਨ ਪੁਆਇੰਟ ਦਿੱਤੇ ਅਤੇ ਜੇਕਰ ਤਾਪਮਾਨ ਵਿੱਚ ਵਾਧਾ ਹੁੰਦਾ ਹੈ ਚੰਦਰਮਥ ਲਿਜਾਇਆ ਗਿਆ ਭੂਮਧ ਰੇਖਾ ਤੋਂ ਧਰੂਵ ਰੇਖਾ ਤੱਕ ਲਿਜਾਇਆ ਗਿਆ ਤਾਂ ਇਹਨਾਂ ਵਿੱਚੋਂ ਸਹੀ ਦੱਸੋ ਕਿਹੜਾ ਠੀਕ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਆਪਸ਼ਨ A B C D ਇੰਨਾ ਵਿੱਚੋਂ ਰਾਈਟ ਆਨਸਰ ਕਿਹੜਾ ਹੋਵੇਗਾ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਕੇਵਲ ਇੱਕ ਤੇ ਕੇਵਲ ਦੋ অপਸ਼ਨ ਜਿਹੜਾ ਉਹ ਸਹੀ ਹੈ ਪੈਂਡੂਲਮ ਕਿਹੜੀ ਜੇਕਰ ਸਟੀਲ ਰਾਡ ਦੀ ਬਣੀ ਹੋਈ ਹੈ ਉਹ ਹੋਲੀ ਕਦੋਂ ਹੋ ਜਾਏਗੀ ਜੇ ਤਾਪਮਾਨ ਵਿੱਚ ਵਾਧਾ ਹੈ ਕਿਉਂਕਿ ਤਾਪਮਾਨ ਜਦੋਂ ਵਧਦਾ ਹੈ ਤਾਂ ਸਟੀਲ ਹੈ ਜਿਹੜਾ ਉਹ ਫੈਲ ਜਾਂਦਾ ਠੀਕ ਹੈ ਸੋ علاوہ భూਮਧ ਰੇਖਾ ਦੇ ਤ੍ਰੂਪ ਤੱਕ ਲਿਆ ਜਾਂਦਾ ਉਦੋਂ ਵੀ ਇਹ ਸਲੋਪ ਹੋ ਜਾਵੇਗਾ ਇਸ ਤੋਂ ਬਾਅਦ ਕੁਐਸਚਨ ਨੰਬਰ 13 ਦੀ ਗੱਲ ਕਰੀਏ ਐਗਜ਼ਾਮ ਵਿੱਚ ਬਹੁਤ ਵਾਰ ਰਿਪੀਟ ਹੋਇਆ ਦੋਸਤੋ ਕੁਐਸਚਨ ਚੰਗੀ ਤਰ੍ਹਾਂ ਰੀਡ ਕਰ ਲਿਓ ਸੋ AM ट्रांसमिशन ਦੇ ਮੁਕਾਬਲੇ ਸੰਗੀਤ ਦਾ FM ट्रांसमिशन ਬਹੁਤ ਵਧੀਆ ਕੁਆਲਿਟੀ ਦਾ ਹੈ ਠੀਕ ਹੈ ਇਸ ਸਵਾਲ ਇਹ ਨਾਲ ਹੇਠ ਲਿਖਿਆ ਖਤਰ ਨੂੰ ਉੱਥੇ ਵਿਚਾਰ ਕਰੋ ਆਪਸ਼ਨ ਨੇ ਇੱਥੇ AM ਸਿਗਨਲ ਸ਼ੋਰ ਪ੍ਰਤੀ ਵਿਧੇਰੇ ਸੁਵੇਦਨਸ਼ੀਲ ਹੁੰਦੇ ਨੇ ਠੀਕ ਹੈ ਸੈਕਿੰਡ ਪੁਆਇੰਟ ਹੈ ਸਿਰਫ ਮਜ਼ਬੂਤ ਸਿਗਨਲ ਫੜਨ ਲਈ FM ਰਿਸਿਵਰ ਨੂੰ ਆਪਣੇ ਆਪ ਲੋਕ ਕਰ ਦਿੰਦਾ ਠੀਕ ਹੈ ਥਰਡ ਆਪਸ਼ਨ ਹੈ ਇਸ ਦਾ ਐਫ ਐਮ ਤਰੰਗਾ ਦੀ ਤੁਲਨਾ ਵਿੱਚ ਏ ਐਮ ਤਰੰਗ ਤਰੰਗ ਲੰਬਾਈ ਬਹੁਤ ਜ਼ਿਆਦਾ ਹੁੰਦੀ ਐ ਐਫ ਐਮ ਦੇ ਨਾਲੋਂ ਏ ਐਮ ਦੀ ਜਿਹੜੀ ਫ੍ਰੀਕੁਐਂਸੀ ਹੁੰਦੀ ਆ ਉਹੋ ਲੰਬੀ ਹੁੰਦੀ ਐ ਠੀਕ ਐ ਤਾਂ ਨੀਚੇ ਜਿਹੜੇ ਆਪਸ਼ਨ ਦਿੱਤੇ ਆੰਨਾਂ ਵਿੱਚੋਂ ਰਾਈਟ ਆਨਸਰ ਕਿਹੜਾ ਹੋਵੇਗਾ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੋਵੇਗਾ 1 2 ਤੇ 3 ਤਿੰਨੇ ਜਿਹੜੇ ਇਹ ਪੁਆਇੰਟ ਤੇ ਦੱਸੇ ਗਏ ਨੇ ਇਹ ਰਾਈਟ ਆ ਠੀਕ ਐ ਕੁਐਸਚਨ ਨੰਬਰ 14 ਦੀ ਗੱਲ ਕਰੀਏ yersinia pestis ਹੀਟਲੀਆਂ ਵਿੱਚ ਕਿਹੜੀ ਬਿਮਾਰੀ ਨੂੰ ਕਿਹਾ ਜਾਂਦਾ ਹੈ ਯਰਸੀਨੀਆ ਪੈਸਟਿਸ ਨਾਮ ਹੈ ਇਹਨਾਂ ਵਿੱਚ ਕਿਹੜੀ ਬਿਮਾਰੀ ਨੂੰ ਨਾਮ ਨਾਲ ਜਾਣਿਆ ਜਾਂਦਾ ਹੈ ਯਰਸੀਨੀਆ ਪੈਸਟਿਸ ਦੇ ਨਾਮ ਨਾਲ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਹੋਪਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਪਲੇਗ ਦੀ ਬਿਮਾਰੀ ਨੂੰ ਯਰਸੀਨੀਆ ਪੈਸਟਿਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਓਕੇ ਕੁਐਸਚਨ ਨੰਬਰ 15 ਦੀ ਗੱਲ ਕਰੀਏ ਜੇ ਲਾਲ ਰક્ત ਸੈੱਲ ਨੂੰ ਡਿਸਟਿਲਡ ਪਾਣੀ ਵਿੱਚ ਰੱਖਿਆ ਜਾਂਦਾ ਹੈ ਤਾਂ ਕੀ ਹੋਏਗਾ ਇਹ ਲਾਲ ਲੱਤ ਸੈੱਲ ਹੁੰਦੇ ਨੇ ਬਲੱਡ ਵਿੱਚ ਉਹਨਾਂ ਨੂੰ ਡੀਸੀਲਡ ਪਾਣੀ ਵਿੱਚ ਰੱਖਿਆ ਜਾਂਦਾ ਤਾਂ ਕੀ ਹੋ ਜਾਂਦਾ ਉਸਦੇ ਤਾਂ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਆਇਟਨ ਅਤੇ ਬ੍ਰਸਟ ਵਿੱਚ ਵਾਧਾ ਹੋ ਜਾਵੇਗਾ ਉਸਦਾ ਸਾਈਜ਼ ਇਨਕਰੀਜ਼ ਹੋ ਜਾਂਦਾ ਦਾ ਸੈੱਲ ਦਾ ਓਕੇ ਕੁਐਸਚਨ ਨੰਬਰ 16 ਦੀ ਗੱਲ ਕਰੀਏ ਹੋਡੋਫੋਬੀਆ ਇਹਨਾਂ ਵਿੱਚੋਂ ਕਿਸ ਦਾ ਡਰ ਹੈ ਦੇਖੋ ਕਾਫੀ ਤਰ੍ਹਾਂ ਦੇ ਡਰ ਹੁੰਦੇ ਨੇ ਕਿਸੇ ਨੂੰ ਉਚਾਈ ਤੋਂ ਡਰ ਲੱਗਦਾ ਹੈ ਕਿਸੇ ਨੂੰ ਜਾਨਵਰਾਂ ਤੋਂ ਡਰ ਲੱਗਦਾ ਹੈ ਕਿਸੇ ਨੂੰ ਸੌਂ ਤੋਂ ਡਰ ਲੱਗ ਜਾਂਦਾ ਕਿ ਮੈਂ ਸੋ ਗਿਆ ਸੁੱਤਾ ਮਰਹੀ ਨਾ ਜਾਮਟਾ ਇਸ ਤਰ੍ਹਾਂ ਦੇ ਇਹ ਜਿਹੜੇ ਕੈਮੀਕਲ ਨੇਮ ਹੁੰਦੇ ਨੇ ਨਾ ਰਸਾਇਣਕ ਨੇਮ ਜਾਂ ਆਪਾਂ ਸਾਇੰਸ ਦੀ ਭਾਸ਼ਾ ਵਿੱਚ ਨੇਮ ਹੈ ਉਹਨਾਂ ਨੂੰ ਫੋਬੀਆ ਨਾਮ ਦਿੱਤਾ ਜਾਂਦਾ ਠੀਕ ਹੈ ਤਾਂ ਹੋਡੋਫੋਬੀਆ ਇਹਨਾਂ ਵਿੱਚੋਂ ਕਿਸ ਡਰ ਨਾਲ ਰਿਲੇਟਡ ਹੈ ਤਾਂ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਹੈ ਯਾਤਰਾ ਦੇ ਡਰ ਨਾਲ ਕਈ ਲੋਕਾਂ ਨੂੰ ਕੀ ਹੁੰਦਾ ਯਾਤਰਾ ਕਰਨ ਤੋਂ ਡਰ ਲੱਗਦਾ ਹੈ ਠੀਕ ਹੈ ਭਾਈ ਤੇਜ਼ বাস ਚੱਲਦੀ ਆ ਗੱਡੀ ਚੱਲਦੀ ਆ ਉਸ ਚੀਜ਼ ਤੋਂ ਡਰ ਲੱਗਦਾ ਤਾਂ ਇਸ ਨੂੰ ਸਾਇੰਸ ਦੀ ਭਾਸ਼ਾ ਵਿੱਚ ਹੋਡੋਫੋਬੀਆ ਦਾ ਨਾਮ ਦਿੱਤਾ ਗਿਆ ਠੀਕ ਹੈ ਕਵੈਸਚਨ ਨੰਬਰ 17 ਦੀ ਗੱਲ ਕਰੀਏ ਟੈਂਡਰੋਕਰੋਨੋਲੋਜੀ ਇੰਨਾ ਵਿੱਚੋਂ ਕਿਸ ਦੀ ਉਮਰ ਦਾ ਅਧਿਐਨ ਹੈ ਟੈਂਡਰੋਕਲੋਜੋਜੀ ਠੀਕ ਹੈ ਇਹ ਹੀ ਲੋਜੀਸਮ ਬਾਰੇ ਵੀ ਮੈਂ ਤੁਹਾਨੂੰ ਪੂਰੀ ਜਿਹੜੀ ਵੀ ਲੋਜੀਸ ਨੇ ਵੀ ਅਧਿਐਨ ਅਧਿਐਨਾਂ ਦੇ ਨਾਮ ਨੇ ਹਨ ਇਹਨਾਂ ਵਾਸਤੇ ਮੈਂ ਇੱਕ ਪ੍ਰੋਪਰ ਕਲਾਸ ਤੁਹਾਨੂੰ ਪ੍ਰੋਵਾਈਡ ਕਰਾਵਾਂ ਕਿਉਂਕਿ ਐਗਜ਼ਾਮ ਵਿੱਚ ਇਹ ਲੋਜੀ ਦੇ ਰਿਕੋਰਡਿੰਗ ਕਾਫੀ ਕੁ ਕਾਫੀ ਇੰਪੋਰਟੈਂਟ ਕੁਐਸਚਨ ਪੁੱਛੇ ਜਾਂਦੇ ਨੇ ਐਗਜ਼ਾਮ ਵਿੱਚ ਠੀਕ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੈ वुਡੀ प्लांट ਜਿਹੜੇ ਕਾਫੀ ਪੁਰਾਣੇ ਹੁੰਦੇ ਨੇ ਪਲਾਂਟ ਮਤਲਬ ਜਿਵੇਂ ਬੋਰਡ ਹੋ ਗਿਆ ਨਾ ਕਾਫੀ ਲੰਬੇ ਟਾਈਮ ਤੋਂ ਖੜੇ ਹੁੰਦੇ ਨੇ ਕਿ ਉਗੇ ਹੁੰਦੇ ਉਹਨਾਂ ਦੇ ਏਜ ਕਿੰਨੀ ਹੈ ਇਸ ਦੇ ਵੀ ਕਿੰਨੇ ਸਾਲਾਂ ਦਾ ਪੀੜ ਹੋ ਗਿਆ ਇਹ ਇਸ ਅਧਿਆਨ ਨੂੰ ਕੀ ਕਿਹਾ ਜਾਂਦਾ ਡੈਂਡਰੋ ਕ੍ਰੋਨੋਲੋਜੀ ਠੀਕ ਹੈ ਯਾਦ ਰੱਖਿਓ ਇਹ ਚੀਜ਼ ਵੀ ਕਾਫੀ ਇੰਪੋਰਟੈਂਟ ਹੈ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਤੋ ਦੋਸਤੋ ਹੁਣ ਜੇ ਇਸ ਵੀਡੀਓ ਵਿੱਚ 30 ਕਮੈਂਟ ਤੇ 60 ਲਾਈਕ ਆ ਜਾਂਦੇ ਨੇ ਤਾਂ ਮੈਂ ਇਸ ਦੇ ਜਿਹੜਾ ਨੈਕਸਟ ਕਲਾਸ ਹੈ ਉਹ ਮੈਰਾਥਨ ਕਲਾਸ ਪ੍ਰੋਵਾਈਡ ਕਰਾਵਾਂਗਾ ਜਿਸ ਵਿੱਚ 50 ਤੋਂ ਲੈ ਕੇ 60 ਕੁਆਂਸ਼ਰ ਅਨਸਰ ਇਨਕਲੂਡ ਹੋਣਗੇ ਹੁਣ ਜਲਦੀ ਜਲਦੀ ਕਮੈਂਟ ਕਰਕੇ ਮੈਨੂੰ ਦੱਸ ਦੋ ਕਿ ਨੈਕਸਟ ਪਾਰਟ ਇਸ ਦਾ ਚਾਹੀਦਾ ਹੈ ਜਾਂ ਨਹੀਂ